ਸਾਡਾ ਜੀਵਨ ਸਾਨੂੰ ਕਿੱਥੋਂ ਮਿਲਿਆ? ਪਾਣੀ ਤੋਂ ਮਿਲਿਆ। ਮਾਂ ਕੀ ਰਗਤ, ਪਿਤਾ ਕਾ ਗਾਰਾ। ਇੱਥੋਂ ਅਸੀਂ ਪੈਦਾ ਹੋਏ ਆ। ਪਾਣੀ ਸਾਡਾ ਪਿਤਾ। ਤੇ ਜੇ ਆਸਾ ਦੀ ਵਾਰ ਦੇ ਵਿੱਚ ਜਾਓ ਤਾਂ ਪਾਣੀ ਪਾਸ਼ਾ ਕਹਿੰਦੇ ਆ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ। ਪਾਣੀ ਜੀਵਨ ਆ, ਜਿਹਦੇ ਨਾਲ ਸਾਰਾ ਕੁਛ ਹਰਿਆ ਭਰਿਆ ਦਿਸ ਰਿਹਾ। ਇਹਦਾ ਮਾਧਿਅਮ ਕੀ ਆ? ਪਾਣੀ। ਜੇ ਅਸੀਂ ਤੁਰੇ ਫਿਰਦੇ ਆ ਤੇ ਸਾਡੇ ਵਿੱਚ 70-80% ਪਾਣੀ ਆ। ਤੇ ਪਾਣੀ ਤੋਂ ਬਿਨਾਂ ਅਸੀਂ ਜ਼ਿਆਦਾ ਘੰਟੇ ਨਹੀਂ, ਹਵਾ ਤੋਂ ਬਿਨਾਂ ਤਾਂ ਕੁਛ ਮਿੰਟ ਹੀ ਜੀ ਸਕਦੇ ਆ। ਪਾਣੀ ਤੋਂ ਬਿਨਾਂ ਦਿਹਾੜੀ ਜੀ ਲਾਂਗੇ, ਦੋ ਦਿਨ ਜੀ ਲਾਂਗੇ, ਪਾਣੀ ਤਾਂ ਪੀਣਾ ਪਊਗਾ। ਤੇ ਤੀਸਰੀ ਲੋੜ ਕੀ ਹੈ? ਸਾਡੀ ਖੁਰਾਕ। ਉਹ ਖੁਰਾਕ ਕਿੱਥੋਂ ਪੈਦਾ ਹੋਣੀ ਹੈ? ਧਰਤੀ ਤੋਂ। ਸਾਡਾ ਤੀਸਰਾ ਤੱਤ ਕੀ ਹੈ? ਧਰਤੀ ਹੈ ਸਾਡਾ ਜਿਹੜਾ ਅੱਜ ਵਿਹਾਰ ਅਸੀਂ ਕੁਦਰਤ ਨਾਲ ਕਰ ਰਹੇ ਹਾਂ। 550 ਸਾਲ ਹੋ ਗਏ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦਿੱਤੇ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ।